श्री पौंटा साहिब जान तो पहला दशमेश पिता हजे जदों श्री आनंदपुर साहिब ही सन उदों औरंगजेब दे दरबार तो श्री गुरु गोबिंद सिंह जी लई चिट्ठी पहुंचदी है। चिट्ठी दे पहले बोल सन, तू शाह गोबिंद अखवाउंदा वड्डा मर्दाना। इस दा मतलब औरंगजेब नूं सब तों वड्डा इतराज श्री गुरु गोबिंद सिंह जी दी बादशाह वर्गी रहणी सहणी तों सी। ਇਹ ਗੱਲ ਔਰੰਗਜ਼ੇਬ ਨੂੰ ਸਭ ਤੋਂ ਜ਼ਿਆਦਾ ਇਸ ਲਈ ਚੁੱਭਦੀ ਸੀ ਕਿਉਂਕਿ ਉਸ ਸਮੇਂ ਦੇ ਇਸਲਾਮਿਕ ਕਾਨੂੰਨ ਦੇ ਮੁਤਾਬਕ ਕੁਝ ਹੱਕ ਸਿਰਫ ਬਾਦਸ਼ਾਹ ਲਈ ਹੀ ਰਾਖਵੇਂ ਰੱਖੇ ਗਏ ਸਨ। ਪਹਿਲਾ ਚਰੋਖਾ ਦਰਸ਼ਨ, ਬਾਦਸ਼ਾਹ ਤੋਂ ਇਲਾਵਾ ਕੋਈ ਦਰਬਾਰ ਲਾ ਕੇ ਨਹੀਂ ਸੀ ਬੈਠ ਸਕਦਾ। ਪਰ ਸਾਡੇ ਇਤਿਹਾਸਿਕ ਸਰੋਤਾਂ ਵਿੱਚ ਜ਼ਿਕਰ ਮਿਲਦਾ ਹੈ ਕਿ ਦਸ਼ਮੇਸ਼ ਪਿਤਾ ਨੇ 6 ਨਿੱਜ ਉੱਚਾ ਸਿੰਘਾਸਨ ਤਿਆਰ ਕਰਵਾ ਕੇ ਦਰਬਾਰ ਲਾਉਣਾ ਸ਼ੁਰੂ ਕੀਤਾ ਸੀ। ਦੂਸਰਾ, ਬਾਦਸ਼ਾਹ ਤੋਂ ਬਿਨਾਂ ਕੋਈ ਆਪਣੀ ਫੌਜ ਲਈ ਕਾਬੁਲ ਦੇ ਘੋੜੇ ਨਹੀਂ ਸੀ ਖਰੀਦ ਸਕਦਾ। ਬੀਬੀ ਉਮਰੀ ਦੇ ਪੁੱਤਰ, ਕੋਟਲਾ ਨਿਹੰਗ ਖਾਨ ਦੇ ਪੁੱਤਰ ਨਵੀ ਖਾਨ ਤੇ ਗਨੀ ਖਾਨ, ਇਹ ਸਾਰੇ ਕਾਬੁਲ ਦੇ ਘੋੜਿਆਂ ਦੇ ਹੀ ਵਪਾਰੀ ਸਨ ਤੇ ਖਾਲਸੇ ਦੀਆਂ ਫੌਜਾਂ ਲਈ ਕਾਬੁਲ ਤੋਂ ਘੋੜੇ ਲਿਆਉਣ ਦਾ ਕੰਮ ਕਰਦੇ ਸਨ। ਤੀਸਰਾ, ਕੋਈ ਆਪਣਾ ਨਿਸ਼ਾਨ ਆਪਣਾ ਝੰਡਾ ਨਹੀਂ ਸੀ ਚਲਾ ਸਕਦਾ। ਪਰ ਸਿੱਖ ਧਰਮ ਵਿੱਚ ਤਾਂ ਨਿਸ਼ਾਨ ਸਾਹਿਬ ਚਲਾਉਣ ਦੀ ਰੀਤ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਚੱਲਦੀ ਆ ਰਹੀ ਸੀ। ਚੌਥਾ, ਕੋਈ ਨਗਾੜਾ ਨਹੀਂ ਸੀ ਵਜਾ ਸਕਦਾ। ਪਰ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਤਾਂ 1678 ਤੋਂ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਿਆਰ ਕਰਾਇਆ ਹੋਇਆ ਰਣਜੀਤ ਨਗਾੜਾ ਵਜਾਇਆ ਜਾ ਰਿਹਾ ਸੀ। ਸ਼੍ਰੀ ਆਨੰਦਪੁਰ ਸਾਹਿਬ ਵਿੱਚ ਵੱਜਦਾ ਰਣਜੀਤ ਨਗਾੜਾ ਔਰੰਗਜ਼ੇਬ ਨੇ ਕਿੱਥੋਂ ਬਰਦਾਸ਼ਤ ਕਰਨਾ ਸੀ। ਜਦੋਂ ਉਸਦੇ ਆਪ ਦੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਨੇ ਕਾਬੁਲ ਫਤਿਹ ਕੀਤਾ ਸੀ ਤਾਂ ਉਸਨੇ ਖੁਸ਼ੀ ਮਨਾਉਣ ਲਈ ਨਗਾੜਾ ਵਜਾ ਲਿਆ ਸੀ। ਜਦ ਇਹ ਖਬਰ ਇੱਕ ਇਲਚੀ ਰਾਹੀਂ ਔਰੰਗਜ਼ੇਬ ਤੱਕ ਪਹੁੰਚੀ ਤਾਂ ਗੁੱਸੇ ਨਾਲ ਉਹਦੀਆਂ ਅੱਖਾਂ ਲਾਲ ਹੋ ਗਈਆਂ। ਖੜੇ ਪੈਰ ਉਸੇ ਇਲਚੀ ਨੂੰ ਹੀ ਸੁਨੇਹਾ ਦੇ ਕੇ ਵਾਪਸ ਭੇਜਿਆ ਗਿਆ ਕਿ ਸ਼ਹਿਜ਼ਾਦੇ, ਜੇ ਤੈਨੂੰ ਜਿੱਤ ਦਾ ਇੰਨਾ ਹੀ ਚਾਅ ਸੀ ਤਾਂ ਤੂੰ ਢੋਲ ਢਮੱਕਾ ਜਿੰਨਾ ਮਰਜ਼ੀ ਕਰ ਲੈਂਦਾ। ਪਰ ਜਿੰਨਾ ਚਿਰ ਕਾਬੁਲ ਕੰਧਾਰ ਤੋਂ ਲੈ ਕੇ ਦੂਰ ਦੱਖਣ ਤੱਕ ਸ਼ਹਿਨਸ਼ਾਹ ਔਰੰਗਜ਼ੇਬ ਦੀ ਸੱਤਾ ਕਾਇਮ ਹੈ, ਤੇਰੀ ਨਗਾੜਾ ਵਜਾਉਣ ਦੀ ਜ਼ਰੂਰਤ ਕਿਵੇਂ ਪਈ? ਤੇ ਇਹ ਸਾਰੇ ਇਸਲਾਮਿਕ ਕਾਨੂੰਨ ਤਾਕ ਤੇ ਰੱਖ ਕੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਸਰੇਆਮ ਆਜ਼ਾਦ ਰਾਜ ਦਾ ਐਲਾਨ ਕੀਤਾ ਜਾ ਰਿਹਾ ਸੀ। ਵੈਸੇ ਜੇ ਇੰਨੀਆਂ ਸਦੀਆਂ ਬਾਅਦ ਵੀ ਦੇਖੀਏ ਤਾਂ ਬੇਸ਼ੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਅਧਿਆਤਮਿਕ ਗੁਰੂ ਹਨ, ਪਰ ਦਰਬਾਰ ਲੱਗਾ ਹੋਣਾ, ਗੁਰੂ ਸਾਹਿਬ ਦਾ ਤਖ਼ਤ ਤੇ ਬੈਠਣਾ, ਉੱਤੋਂ ਚੰਦੋਆ ਸਾਹਿਬ ਲੱਗਿਆ ਹੋਣਾ, ਮਹਾਰਾਜ ਦੇ ਸਿਰ ਤੇ ਚੋਰ ਹੋਣਾ ਤੇ ਮਹਾਰਾਜ ਦੀ ਸਵਾਰੀ ਆਉਂਦੇ ਸਮੇਂ ਨਗਾੜਾ ਵੱਜਣਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀਆਂ ਸਾਰੀਆਂ ਨਿਸ਼ਾਨੀਆਂ ਅੱਜ ਵੀ ਬਾਦਸ਼ਾਹਾਂ ਵਾਲੀਆਂ ਹੀ ਹਨ। ਸਿੱਖ ਧਰਮ ਵਿੱਚ ਸਪਿਰਚੁਅਲਿਟੀ ਤੇ ਇੰਪੀਰੀਅਲਿਜ਼ਮ ਇਹ ਦੋਵੇਂ ਨਾਲ ਨਾਲ ਚੱਲਦੇ ਹਨ। ਇਸੇ ਲਈ ਸਿੱਖ ਧਰਮ ਵਿੱਚ ਧਰਮ ਤੇ ਰਾਜਨੀਤੀ ਨੂੰ ਵੱਖ ਵੱਖ ਨਹੀਂ ਕੀਤਾ ਜਾ ਸਕਦਾ। ਔਰੰਗਜ਼ੇਬ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਖਾਰ ਖਾਣ ਦੀ ਇਹੋ ਸਭ ਤੋਂ ਵੱਡੀ ਵਜ੍ਹਾ ਸੀ। ਔਰੰਗਜ਼ੇਬ ਦੀ ਚਿੱਠੀ ਦੇ ਬੋਲ ਸਨ ਕਿ ਜਿਹੜੀ ਤੁਹਾਡੇ ਰਾਜ ਦੀ ਐਸਟੈਬਲਿਸ਼ਮੈਂਟ ਹੈ ਇਹ ਮੇਰੀ ਬਾਦਸ਼ਾਹਤ ਨੂੰ ਚੁਣੌਤੀ ਦਿੰਦੀ ਹੈ। ਇਹ ਸੰਦੇਸ਼ਾ ਮਿਲਦੇ ਹੀ ਤੁਸੀਂ ਤੁਰੰਤ ਪ੍ਰਭਾਵ ਨਾਲ ਆ ਕੇ ਮੈਨੂੰ ਮਿਲਣ ਲਈ ਪੇਸ਼ ਹੋਵੋ, ਨਹੀਂ ਤਾਂ ਫਿਰ ਮੈਨੂੰ ਆਪਣੇ ਜ਼ੋਰ ਦੇ ਦਮ ਤੇ ਤੁਹਾਡਾ ਨਗਾੜਾ ਵਜਾਉਣਾ ਬੰਦ ਕਰਨਾ ਪਵੇਗਾ। ਇਹੀ ਕਾਰਨ ਸਨ ਜਿਨ੍ਹਾਂ ਕਰਕੇ 22 ਧਰ ਦੇ ਪਹਾੜੀ ਰਾਜੇ ਵੱਖ ਵੱਖ ਬਹਾਨੇ ਬਣਾ ਕੇ ਗੁਰੂ ਸਾਹਿਬ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ ਤਾਂ ਜੋ ਹਕੂਮਤ ਦੇ ਬਾਦਸ਼ਾਹ ਤੇ ਆਪਣੇ ਮਾਲਕ ਔਰੰਗਜ਼ੇਬ ਦੇ ਨਜ਼ਦੀਕੀ ਬਣ ਕੇ ਰਹਿ ਸਕਣ। ਸ਼ਾਇਦ ਇਹੀ ਕਾਰਨ ਸੀ ਕਿ ਤਲਵਾਰ ਦੀ ਨੋਕ ਤੇ ਸਾਰੇ ਭਾਰਤ ਨੂੰ ਮੁਸਲਮਾਨ ਬਣਾਉਣ ਦਾ ਇਰਾਦਾ ਰੱਖਣ ਵਾਲੇ ਔਰੰਗਜ਼ੇਬ ਨੇ ਕਦੀ ਇਹਨਾਂ 22 ਧਰ ਦੇ ਹਿੰਦੂ ਰਾਜਿਆਂ ਨੂੰ ਧਰਮ ਪਰਿਵਰਤਨ ਕਰਨ ਲਈ ਪਰੇਸ਼ਾਨ ਨਹੀਂ ਕੀਤਾ ਤੇ ਗੁਰੂ ਸਾਹਿਬ ਖਿਲਾਫ ਇਸੇ ਨੀਤੀ ਦੇ ਤਹਿਤ ਹੀ ਰਾਜੇ ਭੀਮ ਚੰਦ ਨੇ ਆਪਣੇ ਪੁੱਤਰ ਦੇ ਵਿਆਹ ਬਹਾਨੇ ਦੋਵੇਂ ਬੇਸ਼ਕੀਮਤੀ ਸੁਗਾਤਾਂ, ਪ੍ਰਸਾਦੀ ਹਾਥੀ ਤੇ 4 ਲੱਖੀ ਚਾਨਣੀ ਉਧਾਰੀ ਦੇਣ ਦੀ ਮੰਗ ਕੀਤੀ ਸੀ। ਭੀਮ ਚੰਦ ਦੇ ਦਿਮਾਗ ਵਿੱਚ ਇਹ ਖੁਰਾਫਾ ਚੱਲ ਰਹੀ ਸੀ ਕਿ ਪਹਿਲਾਂ ਇਹ ਦੋਵੇਂ ਬੇਸ਼ਕੀਮਤੀ ਚੀਜ਼ਾਂ ਮੰਗ ਲਵਾਂਗੇ ਤੇ ਫਿਰ ਦੇਣ ਸਮੇਂ ਮੁੱਲੋ ਹੀ ਮੁੱਕਰ ਜਾਵਾਂਗੇ ਤੇ ਗੁਰੂ ਗੋਬਿੰਦ ਸਿੰਘ ਨੂੰ ਹਮਲਾ ਕਰਨ ਲਈ ਮਜਬੂਰ ਕਰਾਂਗੇ ਤੇ ਜਦੋਂ ਹਮਲਾ ਹੋਊਗਾ ਤਾਂ ਅਸੀਂ ਰੌਲਾ ਪਾ ਦੇਵਾਂਗੇ ਕਿ ਗੁਰੂ ਗੋਬਿੰਦ ਨੇ ਸਾਡੇ ਤੇ ਹਮਲਾ ਕੀਤਾ ਹੈ, ਸਾਨੂੰ ਤਾਂ ਆਪਣੀ ਆਤਮ ਰੱਖਿਆ ਲਈ ਮਜਬੂਰੀ ਵਿੱਚ ਹਥਿਆਰ ਚੁੱਕਣੇ ਪੈ ਰਹੇ ਹਨ। ਔਰੰਗਜ਼ੇਬ ਨੂੰ ਵੀ ਸਾਡੀ ਮਦਦ ਬਹਾਨੇ ਆਪਣੀ ਖਾਰ ਕੱਢਣ ਦਾ ਮੌਕਾ ਮਿਲ ਜਾਊਗਾ ਤੇ ਅਸੀਂ ਉਹ ਬੇਸ਼ਕੀਮਤੀ ਚੀਜ਼ਾਂ ਵੀ ਹਥਿਆਰ ਲਵਾਂਗੇ ਤੇ ਸਾਰੇ 22 ਧਰ ਦੇ ਰਾਜਿਆਂ ਦੀਆਂ ਤੇ ਔਰੰਗਜ਼ੇਬ ਦੀਆਂ ਫੌਜਾਂ ਦੇ ਸਿਰ ਤੇ ਬਿਨਾਂ ਕਿਸੇ ਬਾਲੀ ਖੇਚਲ ਦੇ ਜੰਗ ਵੀ ਜਿੱਤ ਜਾਵਾਂਗੇ। ਦਸ਼ਮੇਸ਼ ਪਿਤਾ ਪਹਾੜੀ ਰਾਜਿਆਂ ਦੀ ਇਹ ਚਲਾਕੀ ਭਲੀ ਭਾਂਤੀ ਸਮਝ ਗਏ ਸਨ। ਭੀਮ ਚੰਦ ਦੀਆਂ ਸਾਰੀਆਂ ਜੁਗਤਾਂ ਉਸ ਸਮੇਂ ਫੇਲ ਹੋ ਗਈਆਂ ਜਦੋਂ ਗੁਰੂ ਸਾਹਿਬ ਨੇ ਅੱਗੋਂ ਜਵਾਬ ਭੇਜਿਆ ਕਿ ਭੀਮ ਚੰਦ, ਜੇ ਇਹ ਸਾਰੀਆਂ ਸੁਗਾਤਾਂ ਮੇਰੀਆਂ ਆਪਣੀਆਂ ਨਿੱਜੀ ਹੁੰਦੀਆਂ ਤਾਂ ਮੈਨੂੰ ਇਹਨਾਂ ਨੂੰ ਦੇਣ ਵਿੱਚ ਕੋਈ ਇਤਰਾਜ਼ ਨਹੀਂ ਸੀ, ਪਰ ਇਹ ਸਭ ਤਾਂ ਸਿੱਖਾਂ ਵੱਲੋਂ ਗੁਰੂ ਘਰ ਤੇ ਸੰਗਤ ਨੂੰ ਭੇਟਾ ਕੀਤੀਆਂ ਗਈਆਂ ਹਨ। ਜਦੇ ਜਵਾਬ ਭੀਮ ਚੰਦ ਤੱਕ ਪਹੁੰਚਿਆ ਤਾਂ ਉਹ ਗੁੱਸੇ ਨਾਲ ਬੁਖਲਾ ਉੱਠਿਆ ਤੇ ਧਮਕੀ ਭਰੇ ਅੰਦਾਜ਼ ਵਿੱਚ ਲਿਖ ਕੇ ਭੇਜਿਆ ਕਿ ਕੋਈ ਨਾ, ਇੱਕ ਵਾਰ ਫਿਰ ਮੈਨੂੰ ਆਪਣੇ ਪੁੱਤਰ ਦੇ ਵਿਆਹ ਤੋਂ ਵਿਹਲਾ ਹੋ ਲੈਣ ਦਿਓ, ਫਿਰ ਦੇਖਦਾ ਹਾਂ ਕਿ ਤੁਹਾਡੇ ਨਾਲ ਕਿਵੇਂ ਨਜਿੱਠਣਾ ਹੈ। ਇਸ ਜਵਾਬ ਦੇ ਪਹੁੰਚਣ ਤੱਕ ਗੁਰੂ ਸਾਹਿਬ ਆਨੰਦਪੁਰ ਸਾਹਿਬ ਤੋਂ ਹੁਣ ਪੌਂਟਾ ਸਾਹਿਬ ਦੀ ਧਰਤੀ ਤੇ ਪਹੁੰਚ ਚੁੱਕੇ ਸਨ।
पर कुत्ते दी पूछ केड़ा कदी सिद्धी हुंदी है। ए स्कीम फेल हो गई तो उन्होंने सिंह फसाउन लई होर जुगतां लड़ाउणियां जारी रखिया। जरू साहब जी नूं पता लगा कि राजे भीम चंद ने चूड़पुर पत्तन तो जमुना नूं पार करके पौंटा साहब हुंदे होए बरात नूं लैके जाण दा मन बनाया सी। गुरु साहब नूं पता सी कि जे बरात इस राह थानी लंघी ते इन्हां शलारुआं ने शरारतां करन तों बाज नहीं आउणा। जे इन्हां दे उकसाउण करके किते दोवां धिरां दी कोई झड़प हो गई तां नाम खालसे दा ही खराब होऊगा। जरूर सिक्खां ने ही लुटपाट करन दे इरादे नाल हमला कीता होऊगा। उत्तों बरात विच 22 धर दे राजिआं दीआं सारीआं फौजां ने शामिल होणा सी। सो जे कोई झड़प हो जांदी तां बहुत वड्डा नुकसान होण दा खतरा सी। इस लई गुरु साहब ने पहला ही भीम चंद नूं सुनेहा भेज दिता कि सिर्फ लाड़ा ते उसदे कुछ साथी ही पौंटा साहब होके बरात लैके जा सकते हैं, होर किसे नूं वी इस इलाके थानी जाण दी इजाजत नहीं है। भीम चंद इस ऐलान तो डर गया ते इतिहास गवाह है कि सिर्फ लाड़ा ते उसदे कुछ साथी ही इस रस्ते तो होके गए। बाकी दी सारी बरात यमुना पार करन तो बाद काफी वलेवां खा के लड़की वालियां दे घर पहुंची। जिवें कि आपां पहले भाग विच वेख्या कि राजे भीम चंद दे पुत्र दा व्याह जेड़े राजे फतेह चंद दी धी नाल होना सी ओह गुरु घर दा पक्का श्रद्धालू सी। अपने पक्के श्रद्धालू दी धी दे व्याह ते गुरु महाराज ने कई तोहफे भेजे जो बहुत बहुत ज्यादा कीमती सन। ए तोहफे लेके गए सन भाई दया राम ते भाई नंद राम ते नाल भेजी गई सी 500 सिंघां दी फौज, क्योंकि गुरु साहब ने अंदाजा ला लिया सी कि इन्ने महंगे तोहफे वेख के इन्हां लालचियां दी नीयत जरूर बेईमान होगी ते जे इस दौरान कोई अनहोनी हो गई तां ए रिश्ता टुट भी सकदा है। ते फिर फतेह चंद दे मन विच की आऊगा कि मैं तां गुरु घर दा श्रद्धालु सां, फिर भी मेरी धी दे विआह ते जंग करके रिश्तेदारां दा नुकसान क्यों कीता गया। ते जदों ए तोहफे लिजा के पंडाल विच रखे गए तो उत्थे भीम चंद ते 22 धर दे सारे राजे बैठे सन। भीम चंद ने मुंडे दा प्यो होण वाली धौंस दिखाउंदिआं राजे फतेह चंद नूं कहा कि असीं इस गुरु दे कोलों कुछ मंगिआ सी पर इसने मना करके साडा अपमान कीता है ते जे हुण तुसीं गुरु घर दे तोहफे कबूल कर ले तां असीं रिश्ता तोड़ के हुणे वापस मुड़ जावांगे। सुभावक जी गल है कि लड़की दा पिता सी बेचारा झुक गया। फतेह चंद ने उह तोहफे वापस कर दिते ते सिख चुपचाप उत्थों रवाना हो गए। सिख तां उह तोहफे लैके चले गए पर लालची राजे अपने आप ते काबू ना रख पाए ते जदों सिख यमुना दे कंढे पहुंचे तां इन्हां 22 धर दे राजिआं दी इक वड्डी फौज ने सिखां दे पिछों हमला कर दिता। यमुना दे कंढे ते इक जबरदस्त जंग होई जो कई घंटे तक चली, पर बड़े ही मान दी गल है कि इन्नी वड्डी फौज लैके अचानक हमला करन दे बाद भी पहाड़ी राजिआं नूं मूंह दी खाणी पई। इस जंग विच उन्हां दे कुल 57 सिपाही मारे गए पर किसे एक भी सिख दा जानी नुकसान नहीं होया। ऊं तां औरंगजेब ते 22 धर दे राजिआं दे मन विच गुरु घर प्रति नफरत दी अग बड़े लंबे समय तो धुख रही सी, पर इस जंग विच करारी हार दे कारण होई बेइज्जती ने इस अग विच घ्यो पाउण दा काम कीता। इह सन जंग दे मुख कारण जिन्हां करके गुरु साहिब नूं अपने जीवन दी पहली जंग लड़नी पई।